ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ, ਕੀ ਹਾਲ ਚਾਲ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਉਮੀਦ ਹੈ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ। ਇੱਕ ਵਾਰ ਫਿਰ ਤੁਹਾਡਾ ਸੰਜੀਵ ਨੋਟ ਬਲੌਗਸ ਦੇ ਵਿੱਚ ਸਵਾਗਤ ਕਰਦਾ। ਅੱਜ ਤੁਹਾਨੂੰ ਮੈਂ ਲੈ ਕੇ ਆਇਆ ਇੱਕ ਖਾਸ ਜਗ੍ਹਾ ਦੇ ਉੱਤੇ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਨੀਆ ਭਰ ਦੇ ਵਿੱਚ ਕਿਸੇ ਨਾ ਕਿਸੇ ਪਿੰਡ, ਕਿਸੇ ਸ਼ਹਿਰ, ਕਿਸੇ ਵੀ ਜਗ੍ਹਾ ਅਸੀਂ ਚਲ ਜਾਈਏ, ਉੱਥੇ ਕੋਈ ਨਾ ਕੋਈ ਅਜਿਹੀ ਜਗ੍ਹਾ ਹੁੰਦੀ ਹੈ ਜਿਸ ਬਾਰੇ ਬੜੀਆਂ ਮਾਨਤਾਵਾਂ ਹੁੰਦੀਆਂ ਨੇ, ਕੋਈ ਦੰਦ ਕਥਾਵਾਂ ਹੁੰਦੀਆਂ ਨੇ, ਕੁਝ ਅਫਵਾਹਾਂ ਹੁੰਦੀਆਂ ਨੇ, ਕੁਝ ਸੱਚੀਆਂ ਹੁੰਦੀਆਂ ਨੇ ਅਤੇ ਕੁਝ ਝੂਠੀਆਂ ਹੁੰਦੀਆਂ ਨੇ। ਅੱਜ ਅਜਿਹੀ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਲੈ ਕੇ ਆਇਆ। ਜਦੋਂ ਦਾ ਮੈਂ ਇੰਗਲੈਂਡ ਆਇਆ ਉਸ ਵੇਲੇ ਦਾ ਮੈਂ ਇਸ ਬਾਰੇ ਜੋ ਸੁਣਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਤਾਂ ਬਹੁਤ ਮੇਰੇ ਦਿਲ ਦੇ ਵਿੱਚ ਉਦੋਂ ਦਾ ਹੀ ਸੀ ਕਿ ਇਸ ਬਾਰੇ ਜ਼ਰੂਰ ਪਤਾ ਕੀਤਾ ਜਾਵੇ, ਮੈਂ ਲਾਗੇ ਜਾ ਕੇ ਇਸ ਨੂੰ ਦੇਖਾਂ। ਕਦੀ ਮੌਕਾ ਨਹੀਂ ਮਿਲਿਆ। ਹੁਣ ਜਦੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਕੁਝ ਨਾ ਕੁਝ ਚੰਗੀਆਂ ਚੀਜ਼ਾਂ, ਕੁਝ ਨਵੀਂ ਇਨਫੋਰਮੇਸ਼ਨ, ਨਵੀਆਂ ਲੋਕੇਸ਼ਨਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਜੋ ਮੇਰੇ ਨੇੜੇ ਤੇੜੇ ਆ। ਜਦੋਂ ਸਾਰਾ ਕੁਝ ਠੀਕ ਹੋਵੇਗਾ ਮੈਂ ਦੂਰ ਦੂਰ ਤੱਕੋਂ ਵੀ ਜਾਵਾਂਗਾ ਅਤੇ ਤੁਹਾਡੇ ਲਈ ਇਨਫੋਰਮੇਸ਼ਨ ਇਕੱਠੀ ਕਰਕੇ ਲਿਆਵਾਂਗਾ ਆਪਣੇ ਚੈਨਲ ਸੰਜੀਵ ਨੋਟ ਬਲੌਗਸ ਦੇ ਲਈ। ਅਤੇ ਮੈਨੂੰ ਉਮੀਦ ਆ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ। ਜੋ ਜੋ ਬਿਲਡਿੰਗ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਥੋੜ੍ਹਾ ਜਿਹਾ ਤੁਹਾਨੂੰ ਦਿਖਾਈ ਦੇ ਰਿਹਾ, ਇਸ ਬਾਰੇ ਇਹ ਮਾਨਤਾ ਹੈ ਕਿ ਇਸ ਨੂੰ ਭੂਤਾਂ ਵਾਲਾ ਚੌਂਕ ਕਿਹਾ ਜਾਂਦਾ। M5 ਜਿੱਦਾਂ ਕਿ ਮੋਟਰਵੇ ਸਾਡੇ ਕਹਿੰਦੇ ਨੇ ਇੰਗਲੈਂਡ ਦੇ ਵਿੱਚ, ਕੈਨੇਡਾ, ਅਮੈਰੀਕਾ ਦੇ ਵਿੱਚ ਸ਼ਾਇਦ ਉਹਨੂੰ ਹਾਈਵੇ ਕਿਹਾ ਜਾਂਦਾ, ਸਾਡੇ ਮੋਟਰਵੇ ਕਹਿੰਦੇ ਨੇ। ਜਿਹੜੇ ਲੋਕ ਇੰਗਲੈਂਡ ਰਹਿ ਚੁੱਕੇ ਨੇ ਜਾਂ ਇਸ ਏਰੀਏ ਬਰਮਿੰਗਮ ਦੇ ਇਸ ਏਰੀਏ ਵਿੱਚ ਆਏ ਸੀ ਜਾਂ ਘੁੰਮਣ ਫਿਰਨ ਆਏ ਸੀਗੇ, ਟੂਰਿਸਟ ਆਏ ਸੀ ਜਾਂ ਪੱਕੇ ਤੌਰ 'ਤੇ ਰਹਿ ਰਹੇ ਆ, ਉਹਨਾਂ ਨੇ ਵੀ ਇਸ ਚੌਂਕ ਬਾਰੇ ਇਹੀ ਸੁਣਿਆ ਹੋਣਾ ਜੋ ਮੈਂ ਸੁਣਿਆ ਹੈ, ਭੂਤਾਂ ਵਾਲਾ ਚੌਂਕ। ਇਸ ਬਾਰੇ ਬਹੁਤ ਮਾਨਤਾਵਾਂ ਨੇ, ਕਈਆਂ ਨਾਲ ਗੱਲਬਾਤ ਵੀ ਕੀਤੀ ਗਈ ਆ। ਸਾਰਿਆਂ ਦਾ ਆਪਣਾ ਆਪਣਾ ਇਹਦੇ ਬਾਰੇ ਐਕਸਪੀਰੀਅੰਸ ਦੱਸਦੇ ਨੇ, ਜਿੱਦਾਂ ਜਿੱਦਾਂ ਉਹਨਾਂ ਨੇ ਸੁਣਿਆ ਆ, ਨਾਲ ਕੁਝ ਮਸਾਲਾ ਵੀ ਕਹਿ ਸਕਦੇ ਹਾਂ ਲਾ ਕੇ ਉਹਨਾਂ ਨੇ ਅੱਗੇ ਉਹ ਪਰੋਸੀ ਗਏ ਨੇ ਜਦੋਂ ਤੱਕ ਸਾਡੇ ਤੱਕ ਪਹੁੰਚੀ ਇਹ ਗੱਲ ਅੱਜ ਤੋਂ ਪਹਿਲਾਂ, ਜਾਂ ਮੈਂ ਕਹਿ ਸਕਦਾ ਜਦੋਂ ਤੋਂ ਮੈਂ ਸੋਚਿਆ ਕੁਝ ਦਿਨਾਂ ਤੋਂ ਇਸ ਬਾਰੇ ਛਾਣਬੀਨ ਕਰ ਰਿਹਾ ਸੀਗਾ ਕਿ ਕਿੱਦਾਂ ਤੁਹਾਡੇ ਮੂਹਰੇ ਇਹਨੂੰ ਪੇਸ਼ ਕਰਾਂ, ਉਦੋਂ ਤੱਕ ਮੈਂ ਵੀ ਇਹੀ ਮੰਨਦਾ ਸੀ ਜੋ ਬਾਕੀ ਮੰਨ ਰਹੇ ਨੇ। ਆਓ ਤੁਹਾਨੂੰ ਦਿਖਾਉਣਾ, ਇੱਕ ਨਜ਼ਰ ਝਾਤ ਇੱਥੇ ਮਾਰਦੇ ਹਾਂ ਅਤੇ ਨਾਲ ਨਾਲ ਗੱਲਾਂ ਬਾਤਾਂ ਕਰਦੇ ਹਾਂ। ਹਾਂਜੀ ਦੋਸਤੋ, ਜਿਹੜੀ ਤੁਸੀਂ ਇਹ ਬਿਲਡਿੰਗ ਦੇਖ ਰਹੇ ਹੋ ਜੋ ਭੂਤਾਂ ਵਾਲੇ ਚੌਂਕ ਦੇ ਨਾਲ ਨਾਲ ਮਸ਼ਹੂਰ ਹੈ, ਇਹ ਆਰਕ ਲੌਜ ਐਂਡ ਫਲੈਂਕਿੰਗ ਵਾਲ ਦੇ ਨਾਂ ਦੇ ਨਾਲ ਐਂਟਰੀ ਇਹਦੀ ਹੋਈ ਹੈ। 28 May 1970 ਨੂੰ ਇਹ ਹਿਸਟੋਰਿਕ ਇੰਗਲੈਂਡ ਦੇ ਵਿੱਚ ਇਸਦੀ ਐਂਟਰੀ ਹੋਈ ਹੈ, ਇਸ ਕਰਕੇ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਇਹ ਹੈਰੀਟੇਜ ਦੇ ਵਿੱਚ ਆ ਚੁੱਕੀ ਹੈ ਬਿਲਡਿੰਗ, ਇਸ ਕਰਕੇ ਇਸਨੂੰ ਤੋੜਿਆ ਨਹੀਂ ਜਾ ਸਕਦਾ। ਜਿਹੜਾ ਇਸਦੀ ਐਂਟਰੀ ਨੰਬਰ ਆ ਉਹ ਹੈਗਾ 13-42-63, ਇਸ ਕਰਕੇ ਇਸਨੂੰ ਤੋੜਿਆ ਨਹੀਂ ਜਾ ਸਕਦਾ। ਜਿਹੜੇ ਕਿ ਇਸਦੇ ਬਾਰੇ ਅਸੀਂ ਕਥਾਵਾਂ ਚੱਲਦੀਆਂ ਨੇ, ਮਨ ਘੜਤ ਕਥਾਵਾਂ ਨੇ ਕਿ ਇਹ ਰਾਹ ਤਾਂ ਸਿੱਧਾ ਨਹੀਂ ਹੋ ਸਕਦਾ ਕਿ ਇੱਥੇ ਕਿਸੇ ਦਾ ਵਾਸ ਹੈ, ਕਿਸੇ ਆਤਮਾ ਦਾ ਵਾਸ ਹੈ, ਅਤੇ ਮਸ਼ੀਨਾਂ ਇਸਨੂੰ ਤੋੜ ਨਹੀਂ ਦਿੰਦੀਆਂ। ਹਾਂਜੀ, ਸੈਂਡਵੈਲ ਦੇ ਵਿੱਚ ਇਹ ਪੈਂਦੀ ਹੈ ਲੋਕੇਸ਼ਨ, ਜਿਹੜੀ ਕਾਉਂਟੀ ਕੌਂਸਲ ਆ ਉਹ ਸੈਂਡਵੈਲ ਹੈ, ਵੈਸਟ ਬ੍ਰੋਮਿਚ ਏਰੀਆ ਦੇ ਵਿੱਚ ਪੈਂਦੀ ਹੈ ਜੰਕਸ਼ਨ 1, ਅਤੇ ਤੁਸੀਂ ਵੀ ਆਪ ਵੀ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਇਸ ਦੇ ਇਤਿਹਾਸ ਬਾਰੇ। ਜਿਨ੍ਹਾਂ ਜਿਨ੍ਹਾਂ ਨੂੰ ਇਹ ਦਿਮਾਗ ਹਾਲੇ ਵੀ ਦਿਮਾਗ ਦੇ ਵਿੱਚ ਹੈ ਕਿ ਇਹ ਭੂਤਾਂ ਵਾਲਾ ਚੌਂਕ ਹੈ ਜਾਂ ਇੱਥੇ ਕੋਈ ਰਹਿੰਦਾ, ਅਜਿਹੀ ਘਟਨਾ ਸੁਣਨ ਦੇ ਵਿੱਚ ਅਤੇ ਪੜ੍ਹਨ ਦੇ ਵਿੱਚ
ਜਿਹਨਾਂ ਜਿਹਨਾਂ ਨੂੰ ਲੱਗਦਾ ਹੈ ਕਿ ਇੱਥੇ ਹਾਲੇ ਵੀ ਕੋਈ ਨਾ ਕੋਈ ਆਤਮਾ ਦਾ ਵਾਸ ਹੈ, ਕੋਈ ਰੂਹ ਭਟਕਦੀ ਹੈ, ਅਤੇ ਲਿਖਤੀ ਤੌਰ ਦੇ ਉੱਤੇ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ। आप गूगल से सर्च करोगे तो शायद थानू कोई अजिही जगह ना लभे कि जिसनों भूतों वाला चौंक पूरे इंग्लैंड कहा जाता हो। जोड़े बंदे बजुर्ग साढ़े तो पहला के इतने आए हुए हैं, जिनी देर मैनू होगी इस एरिए रेंदे एज ए लैंडमार्क वजो भी इसन भूतों वाला चौंक ही कहा जाता। उम्मीद करदा कि थानू अज की जानकारी वधिया लगी होगी। तो जिन्हों अज तक यह लगता है कि भूतों वाला चौंक है, तो जे गूगल से सर्च करोगे ये एक इतिहासिक बिल्डिंग है, हिस्टोरिकल बिल्डिंग के इसका जिक्र आया होया है, लिखी लिखी गई है, तो इस मुकाया नहीं जा सकता क्योंकि यह गवर्नमेंट की प्रॉपर्टी बन चुकी है। इस करके इस ढाते नहीं है, चौंक बनाने की कोई गल नहीं, कोई मशीन नहीं जी अज तक इतने, तो ना ही कोई इदा की प्रॉब्लम आई है। ठीक है जी, फिर मिलांगे आपां एक अगले ब्लॉग दे विच कुछ नवी जानकारी लैके, कुछ नवे तथ लैके थोड़े नाल हाजिर होवांगे। उदों तक लई तुहाडे कोल लैने आ इजाजत। वीडियो चंगी लगे तो लाइक ते सबसक्राइब करना ना भुलना, ते शेयर भी कर। बहुत बहुत धन्यवाद थोड़ा सारे। जिहड़ी ग्राउंड आ बिल्कुल महज इतों 200 मीटर की दूरी के उत्ते इस चौंक के उत्तों